ਓਏ ਜੇ ਚੂਹੇ ਖਾਣਿਆਂ ਨੇ ਫਣ ਚੁੱਕਣੇ ਸ਼ੁਰੂ ਕਰ ਦਿੱਤੇ ਤਾਂ ਉਹਨਾਂ ਨੂੰ ਫੇਣ ਦਾ ਵੱਲ ਵੀ ਚੰਗੀ ਤਰ੍ਹਾਂ ਜਾਣਦਾ। ਦੁੱਲਾ ਵੇਲੀ ਕੁੱਕੜ ਧਰਿਆ ਕੇ ਝੋਟਾ ਲਿਆਓ ਛੇਤੀ। ਉਹ ਲਿਆਇਆ ਬਾਈ ਜੀ। ਲਓ ਜੀ ਬਾਈ ਜੀ। ਓਏ 100 ਲੰਡਾ ਲੁੱਚਾ ਮਰਿਆ ਤੇ ਇੱਕ ਪਾਲਾ ਜੰਮਿਆ। ਆਇਆ ਸੀ ਵੱਡਾ ਜ਼ਮੀਨ ਛਡਾਉਣ, ਉਹ ਟੋਟਣ ਬਣਾ ਕੇ ਤੁਰ ਗਿਆ। ਉਹ ਮੈਂ ਤਾਂ ਵੱਡੇ ਵੱਡੇ ਖੱਬੀ ਖਾਨਾ ਨੂੰ ਨੱਥ ਪਾਲਾ, ਪਰ ਛੋਟੇ ਮੋਟੇ ਨੂੰ ਤਾਂ ਕਮੀ ਨਹੀਂ ਕੀ ਦੇਣਾ। ਤਾਂ ਤਾਂ ਬਾਈ ਅਸੀਂ ਤੈਨੂੰ ਘੈਂਟ ਸਮਝਦੇ ਹਾਂ। ਉਹਨੇ ਤਾਂ ਕੁੱਤੇ ਹਾਣੀ ਕਰਾ ਕੇ ਜਾਣਾ ਸੀ, ਭਾਲਦਾ ਸੀ ਸਾਲਾ ਝੋਟਿਆ ਕਰੋ ਲੱਸੀ। ਜੇ ਮੈਂ ਗਲਤ ਨਹੀਂ ਤਾਂ ਤੂੰ ਉਹੀ ਪਾਲਾ ਕਾਣਾ ਹੈ ਜਿਹੜਾ ਕਈ ਸਾਲ ਪਹਿਲਾਂ ਇੱਕ ਕੁੜੀ ਤੋਂ ਅੱਖ ਬਣਾ ਕੇ ਪਿੰਡ ਛੱਡ ਗਿਆ ਸੀ। ਉਹ ਤੀਵੀਆਂ ਤੋਂ ਲਿੱਤਰ ਖਾਣ ਵਾਲੇ ਜ਼ਮੀਨਾਂ ਦੇ ਕਬਜ਼ੇ ਕਦੋਂ ਤੋਂ ਕਰਨ ਲੱਗ ਪਏ ਡੱਡੀਏ? ਹੁਣ ਜੇ ਪੜੀ ਚਾਹੁਣਾ ਤਾਂ ਇਹ ਟਿੰਡ ਫੌੜੀ ਚੱਕ ਅਤੇ ਤਿੱਤਰ ਹੋ ਜਾ ਇੱਥੋਂ, ਨਹੀਂ ਤੇ ਜਾਣਦਾ। ਕੀ ਜਾਣਦਾ, ਕੀ ਕਰ ਲੇਗਾ ਤੂੰ? ਅਜੇ ਪਿਓ ਦਾ ਪੁੱਤ ਤਾਂ ਇਕੱਲੇ ਪਾਲੇ ਨੂੰ ਜੱਫਾ ਪਾ ਕੇ ਵਿਖਾ, ਫੇਰ ਤੈਨੂੰ ਪਤਾ ਲੱਗੂ ਕਿ ਪਾਲਾ ਕਿਸ ਕੁੱਤੀ ਸ਼ਹਿਜ਼ਾਦਾ। ਓਏ ਇੰਨਾ ਲੰਗੌੜ ਖਾਨਾ ਇਕੱਠਾ ਕਰਕੇ ਤਾਂ ਮੇਮਣੇ ਵੀ ਸ਼ੇਰ ਬਣ ਜਾਣ। ਜਦ ਇਹ ਹੱਥ ਉੱਠਦਾ ਹੈ ਨਾ ਤਾਂ ਵੱਡਿਆਂ ਵੱਡਿਆਂ ਨੂੰ ਦੰਦਲਾਂ ਪੈ ਜਾਂਦੀਆਂ। ਤੇਰੀ ਤਾਂ ਔਕਾਤ ਹੀ ਕੀ ਹੈ ਡੱਡੀਏ? ਸਾਡੀ ਚੱਕ ਚੱਕ ਬਾਲੀ ਫੂਕ ਚੱਕ ਗਿਆ, ਹੁਣ ਇਹਦੇ ਚੰਗਾ ਛਤਰੌਲ ਫਿਰਿਆ ਲੈ। ਵੇਖੀ ਪਾਲੇ ਦੀ ਦਸ਼ਤ,
ਕਿਸੇ ਦੀ ਚੂੰ ਤੱਕ ਦੀ ਆਵਾਜ਼ ਨਹੀਂ ਆਉਂਦੀ। ਪੇਂਦੂ ਬੇਰਾਂ ਨੂੰ ਝੜ ਝੜ ਡਿੱਗੀ ਜਾਂਦੇ ਆ। ਵਾਕਿਆ ਕਬਜ਼ਾ ਲੈਣਾ ਲੰਗੌੜਾਂ ਦਾ ਕੰਮ ਨਹੀਂ, ਵੈਲੀਆਂ ਦਾ ਕੰਮ ਹੈ। ਅੱਜ ਤੋਂ ਬਾਅਦ ਜੇ ਤੂੰ ਮੇਰੇ ਸਾਹਮਣੇ ਆਇਆ ਤਾਂ ਉਹ ਤੇਰੀ ਜ਼ਿੰਦਗੀ ਦਾ ਆਖਰੀ ਦਿਨ ਹੋਵੇਗਾ। ਆਪਣਾ ਜੁੱਲੀ ਤੱਪੜ ਚੱਕ ਤੇ ਤਿੱਤਰ ਹੋਏ।